ਅਸਲਾਮ ਅਲੈਕੁਮ ਸੱਜਣਾ ਤੇ ਬੇਲੀਓ, ਮੈਂ ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਆਉਂਦੇ ਅੱਜ ਦਿਨ ਨੇ ਜੀ ਇਤਵਾਰ ਦਾ, ਤੇ ਇੱਕ ਦਫਾ ਫਿਰ ਸਰਗੋਧਾ ਦੇ ਇੱਕ ਨਾਮਵਰ ਵਪਾਰੀ ਮਲਕ ਅਬਦੁਲ ਜਬਾਰ ਸਾਹਿਬ ਦੇ ਡੇਰੇ ਤੇ ਮੌਜੂਦ ਆ। ਤੇ ਮਾਸ਼ਾਅੱਲਾ ਜੀ ਮਲਕ ਸਾਹਿਬ ਨੇ ਅੱਜ ਕਮਾਲ ਕੀਤਾ, ਦਿਲ ਖੁਸ਼ ਕੀਤਾ ਦੋਸਤਾਂ ਵਾਸਤੇ, ਟਾਪ ਕਲਾਸ ਗਾਵਾਂ। ਇਸ ਤੋਂ ਇਲਾਵਾ ਮਾਸ਼ਾਅੱਲਾ ਜੀ ਪਿਓਰ ਨੀਲੀ ਦੀ ਸੋਹਣੀ ਮਹਿ ਲੈ ਕੇ ਆਏ ਨੇ ਅੱਜ ਦੀ ਇਸ ਵੀਡੀਓ 'ਚ, ਟੋਟਲ 9 ਗਾਵਾਂ ਨੇ। ਇਸ ਤੋਂ ਇਲਾਵਾ ਇੱਕ ਮੈਂ ਵੇ ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ, ਅਤੇ ਇਹਨਾਂ ਦਾ ਜਿਹੜਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ। ਮਲਕ ਸਾਹਿਬ ਆਓ ਜੀ ਸਾਹਮਣੇ। ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ ਫਰਾਜ਼ ਭਾਈ, ਕੀ ਹਾਲ ਹੈ ਜੀ? ਅੱਲਾਹ ਪਾਕ ਦਾ ਬੜਾ ਸ਼ੁਕਰ। ਮਲਕ ਸਾਹਿਬ ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਅਤ ਸ਼ੁਕਰ ਅਲਹਮਦੁਲਿਲਾ, ਬੜਾ ਅੱਲਾਹ ਪਾਕ ਦਾ ਕਰਮ। ਮਾਸ਼ਾਅੱਲਾ ਜੀ ਆਲਰੇਡੀ ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਹਰ ਇਤਵਾਰ ਨੂੰ ਜਨਾਬ ਦੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ। ਦੋਸਤਾਂ ਨੂੰ ਇੱਕ ਦਫਾ ਫਿਰ ਆਪਣਾ ਤੇ ਆਪਣੇ ਡੇਰੀ ਫਾਰਮ ਦਾ ਮੁਕੰਮਲ ਤਾਰਫ ਕਰਵਾ ਦਿਓ। ਸਭ ਤੋਂ ਪਹਿਲੇ ਸਭ ਦੋਸਤਾਂ ਭਾਈਆਂ ਨੂੰ ਅਸਲਾਮ ਅਲੈਕੁਮ, ਜਿਹੜੇ ਸਾਡੀ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਲੋਕੇਸ਼ਨ ਸਾਡੀ ਅੱਗੇ ਜੋ ਦੋਸਤ ਤਕਰੀਬਨ ਸਾਲ ਹੋ ਗਿਆ ਵੀਡੀਓ ਦੇਖਦੇ ਰਹਿੰਦੇ ਨੂੰ, ਸਾਡੀ ਲੋਕੇਸ਼ਨ ਹੈ ਤਹਿਸੀਲ ਬਲਵਾਲ ਜ਼ਿਲ੍ਹਾ ਸਰਗੋਧਾ, ਬਲਵਾਲ ਸ਼ਹਿਰ ਤੋਂ ਨਾ ਜੀ ਲਖਮੋਰ ਰੋਡ 4 ਕਿਲੋਮੀਟਰ ਅੱਗੇ ਤਸਵਰਾਬਾਦ ਅੱਡਾ, 18 ਨਹਿਰ ਪੁਲ ਤੋਂ ਅੱਧਾ ਕਿਲੋਮੀਟਰ ਅੱਗੇ ਮੇਨ ਰੋਡ ਦੇ ਉੱਤੇ ਹੀ ਤਸਵਰਾਬਾਦ ਅੱਡਾ ਸਾਡੀ ਲੋਕੇਸ਼ਨ, ਅੱਡੇ ਦੇ ਉੱਤੇ ਹੀ ਸਾਡਾ ਫਾਰਮ ਹੈ। ਮਲਕ ਸਾਹਿਬ ਯਕੀਨ ਮੰਨੋ, ਅੱਜ ਜਾਨਵਰ ਵੇਖ ਕੇ ਦਿਲ ਖੁਸ਼ ਹੁੰਦਾ ਪਿਆ। ਕੋਸ਼ਿਸ਼ ਕਰਨੀ ਹੈ ਕਿ ਰੇਟ ਜਿਹੜਾ ਨਾ ਸੋਹਣੇ ਲਾਣੇ। ਰਾਜ ਭਾਈ ਅੱਲਾਹ ਦਾ ਫਜ਼ਲੋ ਕਰਮ ਹੈ, ਚੀਜ਼ ਅੱਛੀ ਲੈ ਕੇ ਆਉਂਦੇ ਹਾਂ, ਤੁਹਾਨੂੰ ਵੀ ਪਤਾ, ਅਤੇ ਰੇਟ ਵੀ ਸਾਡੇ ਤਕਰੀਬਨ ਮਾਰਕੀਟ ਦੇ ਲਿਹਾਜ਼ ਨਾਲ ਮੁਨਾਸਬ ਆਉਂਦੇ ਨੂੰ। ਜ਼ਿੰਦਾਬਾਦ ਇਨਸ਼ਾਅੱਲਾ ਦੋਸਤਾਂ, ਸ਼ੌਕ ਕਰਾਓ ਜੀ ਤੇ ਕਰੀਏ ਸ਼ੁਰੂ ਜੀ। ਹਾਂ ਲਓ ਜੀ ਦੋਸਤੋ, ਚੈੱਕ ਕਰੋ ਮਾਸ਼ਾਅੱਲਾ ਜੀ, ਇਨਸ਼ਾਅੱਲਾ ਮੈਂ ਤਾਂ ਐਂਡ ਤੇ ਸ਼ੋਅ ਕਰਾਉਂਦੇ ਹਾਂ, ਪਹਿਲੇ ਗਾਵਾਂ ਚੈੱਕ ਕਰਾ ਲਈਏ। ਇਹ ਦੋਸਤ ਹੋਰ ਵੀ ਕਾਫੀ ਮੱਝਾਂ ਵੇਖਦੇ ਨੇ, ਲੇਕਿਨ ਅੱਜ ਦੀ ਇਸ ਵੀਡੀਓ 'ਚ ਜਿਹੜੀ ਮੈਂ ਵੀ ਇਨਸ਼ਾਅੱਲਾ ਪੂਰੀ ਟਾਪ ਕਲਾਸ ਹੈ। ਲਓ ਜੀ ਦੋਸਤੋ, ਚੈੱਕ ਕਰੋ ਮਾਸ਼ਾਅੱਲਾ ਜੀ, ਗਾਂ ਨੰਬਰ 1 ਪਿਆਰੇ ਭਾਈ ਖਿਲਾ ਰਹੇ ਉੱਥੇ, ਮੁਕੰਮਲ ਜਸਾਮਤ ਦੋਸਤਾਂ ਦੇ ਸਾਹਮਣੇ ਵਿੱਚ ਚਿਹਰਾ, ਇੱਕ ਦਫਾ ਮੈਂ ਚੈੱਕ ਕਰਾ ਦੇਣਾ। ਕਿਉਂ ਰਿਹਾ ਭਾਈ ਜਾਨ ਜੀ? ਮਲਕ ਸਾਹਿਬ ਫਰਾਜ਼ ਭਾਈ, ਵੈੜ ਪਹਿਲਾ ਸੂਆ ਸੂਈ ਹੈ। ਪਹਿਲਾ ਸੂਆ ਸੂਈ ਹੈ, ਕਿੰਨੇ ਦੰਦ ਹੈ? ਇਹ ਮੂੰਹ ਚ ਛਿੱਗੀ ਹੈ ਜੀ। 6 ਦੰਦ ਪਹਿਲਾ ਸੂਆ ਸੂਈ ਹੈ, ਕਿਦਾਂ ਦੀ ਸੂਈ ਹੈ? ਤੀਸਰਾ ਦਿਨ ਹੈ ਸੂਈ ਨੂੰ। ਤੀਸਰਾ ਦਿਨ ਹੈ ਲੋ, ਠੀਕ ਹੈ, ਬੋਲੇ ਚ ਵੀ ਤੀਸਰਾ ਦਿਨ ਪਹਿਲਾ ਸੂਆ ਸੂਈ ਹੈ, 6 ਦੰਦ। ਮਾਸ਼ਾਅੱਲਾ ਜੀ, ਸੋਹਣੇ ਗੁੱਲ ਲੱਗੇ, ਬੜੇ ਸੋਹਣੇ ਗੁੱਲ ਲੱਗੇ ਹੋਏ ਨੇ। ਲੋ ਜੀ ਦੋਸਤੋ, ਕਿੰਨਾ ਬੋਲਾ ਦੇ ਰਹੀ ਹੈ ਮਲਕ ਸਾਹਿਬ? ਬੋਲਾ ਤਕਰੀਬਨ ਫਰਾਜ਼ ਭਾਈ ਦੇ ਤੱਲੇ ਕੋ 18-19 ਲੀਟਰ ਹੈ। 18-19 ਲੀਟਰ ਬੱਚੇ ਸਮੇਤ ਜਾਂ ਬੱਚੇ ਨੂੰ ਪਿਲਾ ਕੇ? ਬੱਚੇ ਨੂੰ ਪਿਲਾ ਕੇ ਇਨਸ਼ਾਅੱਲਾ ਵੈੜ 25 ਪਲੱਸ ਤੇ ਜਾਂਦੀ ਹੈ। ਇਨਸ਼ਾਅੱਲਾ ਬੱਚੇ ਨੂੰ ਪਿਲਾ ਕੇ 18-19 ਲੀਟਰ ਪਹਿਲਾ ਸੂਆ ਸੂਈ ਹੈ। ਪਿੱਛੇ ਜਾ ਕੀ ਇਹਦੇ? ਜਾ ਇਹਦੇ ਪਿੱਛੇ ਬੱਚਾ ਹੈ। ਬੱਚਾ ਬੱਚਾ ਜਿਹੜਾ ਨਾ ਫਰੀਜ਼ੀਅਨ ਤੇ ਚੋਲਿਸਤਾਨੀ, ਫਰੀਜ਼ੀਅਨ ਤੇ ਚੋਲਿਸਤਾਨੀ ਤੇ ਨਾੜੂਆ ਸਾਹਮਣੇ ਨਜ਼ਰ ਹੁੰਦਾ ਪਿਆ। ਇਹ ਚੈੱਕ ਕਰ ਲਓ ਜੀ ਪਿੱਛੇ ਦੇ ਬੱਚਾ, ਮਾਸ਼ਾਅੱਲਾ ਜੀ ਫਰੀਜ਼ੀਅਨ ਤੇ ਚੋਲਿਸਤਾਨੀ ਤੇ ਨਾੜੂਆ ਸਾਹਮਣੇ ਨਜ਼ਰ ਹੁੰਦਾ ਪਿਆ। ਆਪਣੀ ਦੀ ਨਸਲ ਮਲਕ ਸਾਹਿਬ? ਠੀਕ ਫਰਾਜ਼ ਭਾਈ, ਫਰੀਜ਼ੀਅਨ ਵੈੜ ਹੈ, ਫਰੀਜ਼ੀਅਨ। ਲਓ ਦੋਸਤੋ, ਪਹਿਲਨ ਵੱਛੀ ਮਾਸ਼ਾਅੱਲਾ, 6 ਦੰਦ, ਤੀਸਰਾ ਦਿਨ ਨੇ ਤੇ 18-19 ਲੀਟਰ ਬੋਲਿਆ ਦੋਵਾਂ ਟਾਈਮਾਂ ਦਾ। ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ। ਜੀ ਮਲਕ ਸਾਹਿਬ, ਇਹ ਗਾਂ ਨੰਬਰ 1 ਦਾ ਰੇਟ? ਫਰਾਜ਼ ਭਾਈ, ਰੇਟ ਜਿਹੜਾ ਨਾ ਜੀ ਨਹਿਤ ਹੀ ਮੁਨਾਸਬ, ਕਿਸੇ ਦੋਸਤ ਵੀਰ ਨੂੰ ਪਸੰਦ ਆਈ ਨਾ ਜੀ ਜੀ 3,30,000 ਰੁਪਏ ਦੀ ਦੇ ਦੇਣੀ। 3,30,000? ਹਾਂ ਜੀ, ਠੀਕ ਹੈ। ਲਓ ਜੀ ਦੋਸਤੋ, ਚੈੱਕ ਕਰੋ ਮਾਸ਼ਾਅੱਲਾ ਜੀ, ਗਾਂ ਨੰਬਰ 1 ਸੀ, ਪਹਿਲਾ ਸੂਆ ਸੂਈ ਹੈ, ਰੇਟ ਦਾ 3,30,000। ਅਗੂ ਭਾਈ ਲੈ ਕੇ ਆਓ ਜੀ ਗਾਂ ਨੰਬਰ 2, ਨਸਲ ਹੈ ਜੀ ਫਰੀਜ਼ੀਅਨ, ਪਿੱਛੇ ਦੇ ਬੱਚਾ ਫਰੀਜ਼ੀਅਨ ਤੇ ਚੋਲਸਤਾਨੀ। ਅਗੂ ਆ ਗਈ ਹੈ ਜੀ ਗਾਂ ਨੰਬਰ 2, ਇਹ ਗੱਬਣ ਹੈ ਜੀ। ਲੋ ਜੀ ਦੋਸਤੋ, ਚੈੱਕ ਕਰ ਲਓ ਮਾਸ਼ਾਅੱਲਾ ਜੀ, ਪ੍ਰਿੰਟ ਦੋਸਤਾਂ ਦੇ ਸਾਹਮਣੇ, ਭਾਈ ਜਨ ਖਿਲਾ ਰਹੇ ਉੱਥੇ। ਇਹ ਚੈੱਕ ਕਰ ਲਓ ਮੁਕੰਮਲ ਜਸਾਮਤ, ਪ੍ਰਿੰਟ ਵਗੈਰਾ ਦੋਸਤਾਂ ਵੇਖ ਲੈਣਾ, ਚਿਹਰਾ ਸਾਹਮਣੇ ਕਰਿਓ ਭਾਈ। ਫਰਾਜ਼ ਭਾਈ, ਜਰਸੀ ਤੇ ਫਰੀਜ਼ੀਅਨ ਦਾ ਕ੍ਰਾਸ ਹੈ, ਜਰਸੀ ਤੇ ਫਰੀਜ਼ੀਅਨ ਕ੍ਰਾਸ। 60% ਜਿਹੜਾ ਨਾ ਜੀ ਜਰਸੀ ਹੈ ਤੇ
40% ਦੇ ਵਿੱਚ ਫ੍ਰੀਜ਼ੀਅਨ ਦਾ ਠੀਕ ਹੈ ਜਰਸੀ ਤੇ ਫ੍ਰੀਜ਼ੀਅਨ ਕਿਨਵਾ ਸੂਆ ਨੇ ਸੋਣ ਖੁੱਲੀ ਬੈਡ ਬਣਸੀ ਹਲੇ ਜਿਹੜਾ ਨਾ ਕੱਚੀ ਪਈ ਹੈ ਠੀਕ ਹੈ ਕਿਨਵਾ ਸੂਆ ਤੇ ਕਿੰਨੇ ਦੇ ਲੈ ਰਹੀ ਹੈ ਇਹ ਮਾਸ਼ਾਅੱਲਾ ਸੋਹਣਾ ਬਲੈਕ ਮੁੱਠ ਵਾਲਾ ਥਾਣ ਦੂਸਰਾ ਸੂਆ ਫਸਟ ਨੰਬਰ ਦਾ 24-25 ਲੀਟਰ ਦਾ ਰਿਕਾਰਡ ਹੈ ਮਾਸ਼ਾਅੱਲਾ ਦਿਨ ਕਿੰਨੇ ਲੈ ਰਹੀ ਹੈ ਇਨਸ਼ਾਅੱਲਾ 27-28 ਲੀਟਰ ਦੁੱਧ ਦੇ ਸੀਗੀ ਤਕਰੀਬਨ ਫਰਾਲ ਭਈ ਇਸ ਹਫਤਾ ਲੈ ਜਾਣਾ ਠੀਕ ਹੈ 7-8 ਦਿਨ ਲਿੰਦੇ ਜਿਹੜਾ ਨ ਜੀ ਤਵਤ ਅੱਲਾ ਪਾਕ ਬਿਲਕੁਲ ਜੀ ਆਲਰੇਡੀ ਕਹੀ ਦਾ ਦਿਨ ਫਿਕਸ ਨਹੀਂ ਹੁੰਦੇ ਕੋਈ 2-4 ਦਿਨ ਉੱਤੇ ਥਲੇ ਹੋ ਸਕਦੇ ਨੇ ਦੂਸਰਾ ਸੂਆ ਨੇ ਸੋਣਾ ਮਾਸ਼ਾਅੱਲਾ ਜੀ ਫ੍ਰੀਜ਼ੀਅਨ ਤੇ ਜਰਸੀ ਲੋ ਜੀ ਦੋਸਤੋ ਲਿਬਾਸ ਇੱਕ ਦਫਾ ਚੈੱਕ ਕਰ ਲੈਣਾ ਇਹ ਮਾਸ਼ਾਅੱਲਾ ਲਿਬਾਸ ਦੇ ਕੋਲ ਕੋਈ ਵੀ ਨਹੀਂ ਆ ਵਧਰੀਆਂ ਵਿੱਧ ਪਏ ਹੋਣ ਜੀ ਇਨਸ਼ਾਅੱਲਾ ਇਹ ਪੂਰਾ ਗੇਟ ਬਾੜ ਚ ਠੀਕ ਹੈ ਜੀ ਮਲਕ ਸਾਹਿਬ ਗਾ ਨੰਬਰ 2 ਦਾ ਰੇਟ ਫਰਾਜ਼ ਭਾਈ ਰੇਟ ਤੋਂ ਮੰਗਣ ਨੂੰ ਬੰਦਾ ਜਿਹੜਾ ਵੀ ਮੰਗ ਲਵੇ ਦੋਸਤ ਭਾਈ ਪਸੰਦ ਆ ਗਏ 3,35,000 ਰੁਪਏ ਦੀ ਵੀ ਦੇ ਦੇਣੀ 3,35,000 ਠੀਕ ਹੈ ਲੋ ਜੀ ਦੋਸਤੋ ਗਾ ਫਾਈਨਲ ਗੱਲਾਂ ਨਵੀਆਂ ਗੱਲਾਂ ਕੋਈ ਗਾ ਨੰਬਰ 2 ਸੀ ਰੇਟ ਦਾ 3,35,000 ਅਗੋ ਭਾਈ ਲੈ ਕੇ ਆਓ ਜੀ ਗਾ ਨੰਬਰ 3 ਲੋ ਜੀ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਜੀ ਖਿਲਾਰੇ ਭਾਈ ਜਨਤ ਹੀ ਹਾਈਟ ਦੀ ਵੇਖ ਲੈਣੀ ਕੱਦ ਸੋਹਣਾ ਲੱਗਿਆ ਮੁਕੰਮਲ ਜਸਾਮਤ ਪ੍ਰਿੰਟ ਦੋਸਤਾਨੀ ਤੇ ਫਰੀਜ਼ਨ ਦਾ ਕ੍ਰਾਸ ਵੈੜ ਫਰੀਜ਼ੀਅਨ ਤੇ ਚੋਲਸਤਾਨੀ ਟੋਰੇ ਭਾਈ ਜਾਨ ਮਾਸ਼ਾਅੱਲਾ ਬਲੈਕ ਸੋਹਣਾ ਥਣ ਮੁੱਠ ਬਾਰ ਮਾਸ਼ਾਅੱਲਾ ਜੀ ਕਾਲੇ ਗੁੱਲ ਲੱਗੇ ਨੇ ਫਰੀਜ਼ੀਅਨ ਤੇ ਚੋਲਸਤਾਨੀ ਅਭੀ ਗੱਬਣੇ ਜੀ ਜੀ ਗੱਬਣੇ ਦੂਜਾ ਸੂਗਾ ਸੋਹਣਾ ਮੂੰਹ ਚ ਛਿੱਗੀ ਜਵਾਨੀ ਵਾਲਾ ਕੱਢਦੀ ਪਈ ਠੀਕ ਹੈ ਛਿੱਗੀ ਤੋਂ ਕੰਨੀਆਂ ਦੇ ਕੱਢਦੀ ਹੈ ਵੀ ਦੂਸਰਾ ਸੂਆ ਨੇ ਸੋਹਣਾ ਫਰੀਜ਼ੀਅਨ ਤੇ ਚੋਲਸਤਾਨੀ ਗਾ ਨੰਬਰ 3 ਫਸਟ ਨੰਬਰ ਜਿਹੜਾ ਨਾ ਜੀ ਇਹਦਾ ਮਿਲਕ ਰਿਕਾਰਡ 27-28 ਰਿਹਾ ਇਨਸ਼ਾਅੱਲਾ 30+ ਜਾ ਸੀਗੀ ਠੀਕ ਹੈ ਇਹ ਦਿਨ ਕਿੰਨੇ ਲੈ ਰਹੀ ਹੈ ਤਕਰੀਬਨ ਫਰਾਜ਼ ਭਾਈ ਇਸ ਹਫਤਾ ਲੈ ਜਾਣਾ ਠੀਕ ਹੈ ਉਹ ਕੱਚੀ ਪਈ ਹੈ ਬੈਠ ਤਲੋ ਚਾਹ ਸਹੀ ਹੈ ਜਰਾ ਦੋਸਤਾਂ ਸ਼ੋਕਰਾ ਉਹਨੇ ਇਹ ਚੈੱਕ ਕਰ ਮਾਸ਼ਾਅੱਲਾ ਜੀ ਸੋਹਣਾ ਮੋਠ ਵਾਲਾ ਥਾਂ ਇਹ ਕਾਲੇ ਗੁੱਲ ਲੱਗੇ ਨੇ ਫਰੀਜ਼ੀਅਨ ਤੇ ਚੋਲਸਤਾਨੀ ਦੂਸਰਾ ਸੂਆ ਨੇ ਸੋਣਾ 7-8 ਦਿਨ ਲੈ ਰਹੀ ਹੈ ਮਾਸ਼ਾਅੱਲਾ ਬਾਤ ਕਾਦ ਸ਼ਾ ਚੈੱਕ ਕਰਾ ਦੋਸਤਾਂ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਕੱਦ ਦਾ ਇੱਕ ਬੜੀ ਸਾਊ ਅਸੀਲ ਵਿਸ਼ਾਖ ਛੋਟੇ ਬੱਚੇ ਥੱਲੇ ਪੈ ਵੈ ਠੀਕ ਹੈ ਚਿਹਰਾ ਭਾਈ ਜਾਨ ਚੈੱਕ ਕਰਾ ਦਿਓ ਤੇ ਪਾਬੰਦੀ ਹੈ ਨਾ ਜੀ ਬਾਤ ਸ਼ਾਤ ਨਹੀਂ ਲਾਉਣਾ ਲੋ ਦੋਸਤੋ ਇਹ ਚਿਹਰਾ ਵੀ ਚੈੱਕ ਕਰ ਲਓ ਮਾਸ਼ਾਅੱਲਾ ਜੀ ਹੈ ਵੀ ਮੋਨੀ ਦੂਸਰਾ ਸੂਆ ਸਿਹਤ ਵਾਲਾ ਜਾਨਵਰ ਔਗਲੀ ਲੱਗੋ ਆ ਇਹ ਜਾਨਵਰ ਦੀ ਸਭ ਤੋਂ ਵੱਡੀ ਨਿਸ਼ਾਨੀ ਹੋਵੇ ਬਿਲਕੁਲ ਜੀ ਠੀਕ ਹੈ ਟੋਰੇ ਭਾਈ ਜਾਨ ਫਰੀਜ਼ੀਅਨ ਤੇ ਚੋਲਸਤਾਨੀ ਕੋਈ 7-8 ਦਿਨ ਲੈਂਦੀ ਹੈ ਵੀ ਦੂਸਰਾ ਸੂਆ ਨੇ ਸੋਣਾ ਜੀ ਮਲਕ ਸਾਹਿਬ ਗਾ ਨੰਬਰ 3 ਦਾ ਰੇਟ ਆਸ ਭਾਈ ਰੇਟ ਤਾਂ ਕਰੀਏ 4,00,000 ਰੁਪਏ ਕਿਸੇ ਸਾਡੇ ਵੀਰ ਨੂੰ ਪਸੰਦ ਆਈ 3,70,000 ਰੁਪਏ ਦੀ ਵੈੜ ਦੇ ਦੇ 3,70,000 ਠੀਕ ਹੈ ਭਾਈ ਜਾਨ ਅੱਗੋਂ ਲੈ ਕੇ ਆਓ ਜੀ ਗਾ ਨੰਬਰ 3 ਸੀ ਅੱਗੋਂ ਆ ਗਈ ਮਾਸ਼ਾਅੱਲਾ ਜੀ ਗਾ ਨੰਬਰ 4 ਲੋ ਜੀ ਦੋਸਤੋ ਇਹ ਚੈੱਕ ਕਰ ਲਓ ਮਾਸ਼ਾਅੱਲਾ ਸਿਹਤ ਚੰਗੀ ਹੈ ਮੁਕੰਮਲ ਜਸਾਮਤ ਦੋਸਤਾਂ ਵੇਖ ਲੈਣੀ ਖਿਲਾਰ ਭਾਈ ਜਾਨ ਵੈੜ ਜਿਹੜੀ ਨਹੀਂ ਪਿਓਰ ਫ੍ਰੀਜ਼ੀਅਨ ਵੈੜ ਪਿਓਰ ਫ੍ਰੀਜ਼ੀਅਨ ਚਿਹਰਾ ਸਾਹਮਣੇ ਕਰਿਓ ਭਾਈ ਲੋ ਜੀ ਦੋਸਤੋ ਕੰਨ ਐਵੇਂ ਛੋਟੇ ਛੋਟੇ ਮਾਸ਼ਾਅੱਲਾ ਜੀ ਕੁਦਰਤ ਤੋਂ ਲੋ ਜਿਹੜਾ ਨਾ ਸਿੰਘ ਹੁੰਦੇ ਕੋਈ ਨਹੀਂ ਇਹ ਆ ਡੋਕ ਜਿਹੜਾ ਨੇ ਦਾ ਠੀਕ ਹੈ ਫੋਟ ਗਿਆ ਤਾਂ ਉਹ ਉਰਲੀ ਸਾਈਡ ਤੇ ਹੀ ਹੈ ਪੋਟੇ ਹੀ ਆ ਅੱਗਾ ਵਧਿਆ ਕੋਈ ਨਹੀਂ ਜੀ ਇੱਕ ਸਾਈਡ ਤੇ ਨਾ ਲੋ ਜੀ ਦੋਸਤੋ ਫਰੀਜ਼ੀਅਨ ਨਸਲ ਇਹ ਵੀ ਗੱਬਾ ਨੇ ਜੀ ਜੀ ਫਰਾਜ਼ ਭਈਆ ਗੱਬਾ ਠੀਕ ਹੈ ਗਾ ਨੰਬਰ 4 ਕਿਨਵਾ ਸੁਆ ਮਲਕ ਸਾਹਿਬ ਥਣ ਲੱਗੋ ਆ ਜੀ ਸੋਹਣੇ ਗੁੱਲ ਜਿਹੜਾ ਤੇ ਬਲੈਕ ਮਾਸ਼ਾਅੱਲਾ ਇਹ ਕਿਨਵਾ ਸੂਆ ਦਾ ਇਹ ਫਰਾਜ਼ ਭਾਈ ਦੂਸਰਾ ਸੂਆ ਜਿਹੜਾ ਨੇ ਦੂਸਰਾ ਸੂਆ ਮਾਸ਼ਾਅੱਲਾ ਜੀ ਚੋੜਾ ਫਸਟ ਨੰਬਰ ਦਾ 30+ ਦਾ ਰਿਕਾਰਡ ਹੈ ਮਾਸ਼ਾਅੱਲਾ ਪੁੱਠਾ ਵੇਖੋ ਨਾ ਜੀ ਠੀਕ ਐ ਚੈੱਕ ਕਰੋ ਮਾਸ਼ਾਅੱਲਾ ਜੀ ਸਾਊ ਅਸੀਂ ਬਿਸ਼ਾਕ ਛੋਟੇ ਬੱਚੇ ਥੱਲੇ ਬੈਠੇ ਰਾਂ ਇਹ ਮਲਕ ਸਾਹਿਬ ਬਾਹਰ ਨੂੰ ਚੱਕਰ ਲੋ ਇਹ ਦੂਸਰਾ ਸੂਆ ਨੇ ਸੋਣਾ ਇਹ ਫਰੀਜ਼ੀਅਨ ਨਸਲ ਵੈੜ ਬੜੀ ਕੱਚੀ ਪੀ ਤਾਂ ਕੱਦ ਸ਼ਾਦ ਮਾਸ਼ਾਅੱਲਾ ਫਿਰ ਚੈੱਕ ਕਰਾ ਬਿਲਕੁਲ ਜੀ ਕੱਦ ਸੋਹਣਾ ਲੱਗਿਆ ਇਹ ਕਿੰਨੇ ਕਿ ਦਿਨ ਲੈ ਰਹੀ ਹੈ ਤਕਰੀਬਨ ਫਰਾਜ਼ ਭਾਈ ਇਸ 10-11 ਦਿਨ ਲੈ ਜਾਣੇ 10 ਕਿ ਦਿਨ ਲੈਂਦੀ ਹੈ ਵੀ ਦੂਸਰਾ ਸੂਆ ਨੇ ਸੋਣਾ ਮਾਸ਼ਾਅੱਲਾ ਜੀ ਫਰੀਜ਼ੀਅਨ ਨਸਲ 30+ ਦਾ ਰਿਕਾਰਡ ਹੈ ਠੀਕ ਹੈ ਲੋ ਜੀ ਦੋਸਤੋ ਮੁਕੰਮਲ ਨਜ਼ਾਰੇ ਕਰ ਲੋ ਹਲੇ ਕੱਚੀ ਹੈ ਦਿਨ ਕੋਈ 10 ਕਿ ਲੈ ਰਹੀ ਹੈ ਪਿਓਰ ਫਰੀਜ਼ੀਅਨ ਖਲਾਰੇ ਭਾਈ ਜਨ ਇੱਥੇ ਲੋ ਜੀ ਦੋਸਤੋ ਗੁੱਲ ਇੱਕ ਦਫਾ ਮੈਂ ਫਿਰ ਚੈੱਕ ਕਰਾ ਦਿੰਦਾ ਜੀ ਮਲਕ ਸਾਹਿਬ ਦਾ ਨੰਬਰ 4 ਦਾ ਰੇਟ ਫਰਾਜ਼ ਭਾਈ ਮੁੱਲ ਕਰੀਏ ਤਗਾਂ ਮੇਰੀ 4,50,000 ਰੁਪਏ ਦੀ ਕਿਸੇ ਦੋਸਤ ਵੀਰ ਨੂੰ ਪਸੰਦ ਆਈ ਪੂਰੇ 4,00,000 ਦੀ ਦੇ ਦੇਣੀ ਠੀਕ ਹੈ ਗਾ ਨੰਬਰ 4 ਰੇਟ ਦਾ 4,00,000 ਜੀ 4 ਠੀਕ ਅਗੋਂ ਜੋੜਾ ਆ ਗਿਆ ਲੋ ਜੀ ਦੋਸਤੋ ਇਹ ਚੈੱਕ ਕਰੋ ਖਿਲਾਰੇ ਭਾਈ 1 ਮਿੰਟ ਇੱਥੇ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਨੰਬਰ 5 ਤੇ ਨੰਬਰ 6 ਦੋਵਾਂ ਦੇ ਚਿਹਰੇ ਦੋਸਤਾਂ ਚੈੱਕ ਕਰ ਲੈਣੇ ਨੇ ਦੋਵੇਂ ਗੱਬਨ ਨੇ ਜੀ ਦੋਨੋਂ ਗੱਬਨ ਨੇ ਇਹ ਜਰਸੀ ਹੈ ਜੀ ਤਕਰੀਬਨ 20% ਇਹਦੇ ਵਿੱਚ ਕ੍ਰਾਸ ਹੈ ਜਿਹੜਾ ਫਿਜ਼ੀਅਨ ਦਾ
ਉਹ ਹਲਸਟੀਨ ਫ੍ਰੀਜ਼ੀਅਨ ਤੇ ਜਰਸੀ ਦਾ ਕ੍ਰਾਸ ਹੈ। ਠੀਕ ਹੈ। ਉਹ 50-50 ਤਕਰੀਬਨ ਦਾ। ਇਹ ਕਿੰਨਵਾ ਸੂਆ ਇਹਨਾਂ ਦਾ? ਇਹ ਦੋਨੋਂ ਦੂਸਰਾ ਵਾਰਾ ਨਾ। ਦੂਸਰਾ ਸੂਆ ਸੋਹਣਾ ਤੇ ਮਾਸ਼ਾਅੱਲਾ ਜੀ, ਆ ਚੈੱਕ ਕਰੋ ਜੀ ਜ਼ਰਾ ਖੂਬਸੂਰਤੀ। ਇਹ ਨਾ ਹਲਸਟੀਨ ਫ੍ਰੀਜ਼ੀਅਨ ਤੇ ਜਰਸੀ ਦਾ ਕ੍ਰਾਸ, ਉਹ ਸੂਈ ਹੈ। ਰਾਤ ਨੂੰ ਦੀ ਡਿਲੀਵਰੀ ਹੋਈ ਹੈ, ਤੱਲੇ ਉਹਦੇ ਬੱਚਾ ਹੈ। ਠੀਕ ਹੈ। ਬੱਚਾ ਵੀ ਦਿਖਾਣਿਆ। ਇਹ ਜਿਹੜੀ ਜਰਸੀ ਵੈੜ ਹੈ ਨਾ ਜੀ, ਇਹ 20% ਫ੍ਰੀਜ਼ੀਅਨ ਦਾ ਕ੍ਰਾਸ। ਠੀਕ ਹੈ। ਇਹ ਤਿਗਾਰ ਹੈ, 2-4 ਦਿਨ ਇਸ ਵੀ ਲੈ ਜਾਣਾ। ਠੀਕ ਹੈ। ਇਹ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ, 2-4 ਦਿਨ ਲਿੰਦੀ ਹੈ ਵੀ ਦੂਸਰਾ ਸੂਆ ਨੇ ਸੋਹਣਾ ਮਾਸ਼ਾਅੱਲਾ ਜੀ, ਜ਼ਿਆਦਾ ਜਰਸੀ ਰਾਤ ਨੂੰ ਦੀ ਡਿਲੀਵਰੀ ਹੋਈ ਹੈ। ਉਹ ਹਾਲਸਟੀਨ ਫ੍ਰੀਜ਼ੀਅਨ, ਲੋ ਦੋਸਤੋ ਮੁਕੰਮਲ ਨਜ਼ਾਰਾ ਕਰੋ ਮਾਸ਼ਾਅੱਲਾ। ਠੀਕ ਹੈ। ਉਹਦੇ ਪਿੱਛੇ ਜਾ ਕੀ ਹੈ? ਉਹਦੇ ਪਿੱਛੇ ਜਾ ਬੱਚਾ, ਬੱਚੇ ਦੇ ਉੱਤੇ ਇੱਕ ਵਾਰੀ ਬੈਠ। ਠੀਕ ਹੈ। ਲੋ ਦੋਸਤੋ ਚੈੱਕ ਕਰ ਲਓ ਮਾਸ਼ਾਅੱਲਾ ਜੀ, ਸੋਹਣਾ ਜੋੜਾ, ਇੱਕ ਸੂਈ ਹੈ ਤੇ ਦੂਸਰੀ ਗੱਬਣ ਹੈ ਜੀ। ਠੀਕ ਹੈ। ਜਿਹੜੀ ਸੂਈ ਹੈ ਭਾਈ, ਉਹਦਾ ਜਾ ਲੈ ਆਇਓ। ਲੋ ਜੀ ਦੋਸਤੋ ਮਾਸ਼ਾਅੱਲਾ ਚੈੱਕ ਕਰੋ ਜੀ, ਇਹ ਹਾਲਸਟੀਨ ਫ੍ਰੀਜ਼ੀਅਨ ਤੇ ਇਹ ਜਰਸੀ ਕ੍ਰਾਸ ਜੀ। ਇਹ 20% 80% 80% ਜਰਸੀ ਹੈ, 20% ਇਹ ਫ੍ਰੀਜ਼ੀਅਨ ਦਾ ਕ੍ਰਾਸ। ਠੀਕ ਹੈ। ਉਹ ਹਾਲਸਟੀਨ ਫ੍ਰੀਜ਼ੀਅਨ, ਉਹ ਹਾਲਸਟੀਨ ਫ੍ਰੀਜ਼ੀਅਨ ਤੇ ਉਹ ਜਰਸੀ 50 ਜਰਸੀ ਤੇ ਹਾਲਸਟੀਨ ਫ੍ਰੀਜ਼ੀਅਨ ਕ੍ਰਾਸ। ਠੀਕ ਹੈ। ਹਾਂਜੀ। ਪਿੱਛੇ ਜਾ ਕੇ ਦੱਸਿਆ ਜੀ, ਬੈਡ ਜਿਹੜੀ ਨਾ ਜੀ ਸੂਈ, ਇਹਦਾ 35+ ਦਾ ਰਿਕਾਰਡ ਹੈ। ਮਾਸ਼ਾਅੱਲਾ। ਪਹਿਲੇ ਸੂਈ ਹੈ ਨਾ ਜੀ, ਇਹਦਾ 30+ ਦਾ ਰਿਕਾਰਡ ਹੈ। ਠੀਕ ਹੈ। ਇਹ ਕੱਲ ਦੀ ਸੂਈ ਹੈ ਮਲਕ ਸਾਹਿਬ ਜੀ, ਇਸ ਰਾਤ ਨੂੰ ਡਿਲੀਵਰੀ ਹੋਈ। ਲੋ ਜੀ ਦੋਸਤੋ, ਪਿੱਛੇ ਬੱਚਾ ਸੂ ਜੀ, ਬੱਚਾ ਇਹ ਚੈੱਕ ਕਰ ਲਓ ਪਿੱਛੇ, ਬੱਚਾ ਬੜਾ ਬਰੀਡਰ ਹੈ। ਇਹ ਨਾੜੂ ਸਾਹਮਣੇ ਨਜ਼ਰ ਆਉਂਦਾ ਪਿਆ, ਪਿੱਛੇ ਦੇ ਬੱਚਾ ਕਿੰਨੀਆਂ ਚੁਆਈਆਂ ਦੀਆਂ ਕੀਤੀਆਂ ਨੇ? ਇਹ ਇੱਕ ਚੁਆਈ ਹੋਈ ਹੈ ਭਰਾ। ਇਹ ਇੱਕ ਚੁਆਈ ਚ ਕਿੰਨਾ ਬੋਲਾ ਕੱਢਿਆ? ਬੋਲਾ ਤਕਰੀਬਨ ਇਹਦਾ 13 ਲੀਟਰ ਕੱਢਿਆ। 13 ਲੀਟਰ ਬੱਚੇ ਨੂੰ ਪਿਲਾ ਕੇ ਜੀ, ਬੱਚੇ ਨੂੰ। ਲੋ ਜੀ ਦੋਸਤੋ, ਹਾਲਸਟੀਨ ਫ੍ਰੀਜ਼ੀਅਨ ਤੇ ਜਰਸੀ ਕ੍ਰਾਸ ਮਾਸ਼ਾਅੱਲਾ ਜੀ, ਕ੍ਰਾਸ ਅੱਛਾ ਹੈ। ਗੋਲੇ ਇੱਕ ਦਫਾ ਚੈੱਕ ਕਰਾ ਦੇਣਾ, ਦੂਸਰਾ ਸੂਆ ਸੂਈ ਹੈ ਪਿੱਛੇ ਦੇ ਬੱਚਾ ਮਾਸ਼ਾਅੱਲਾ। ਮਲਕ ਸਾਹਿਬ ਲਾਓ ਜੀ ਰੇਟ ਦਾ, ਜੋੜੇ ਦਾ ਇਕੱਠਾ ਲਾਣਾ ਲੈ, ਜੋੜੇ ਦਾ ਫਰਾਦ ਬੇ ਇਕੱਠੇ ਜਿਹੜਾ ਨੇ ਇਹਨੂੰ ਵੀ ਨਾਲ ਲਾਣ। ਇਹ ਗੱਬਣ ਮਾਸ਼ਾਅੱਲਾ ਜੀ, ਜ਼ਿਆਦਾ ਜਰਸੀ ਹੈ। ਇਹ ਚੈੱਕ ਕਰ ਲਓ ਜੀ, ਇਹਨੇ ਦੂਸਰਾ ਸੂਆ ਸੋਹਣਾ ਹੈ, 2-4 ਦਿਨ ਲੈਂਦੀ ਹੈ। ਵੀ ਲਿਬਾਸ ਦੋਸਤਾਂ ਚੈੱਕ ਕਰ ਲੈਣਾ। ਲਾਓ ਸਰ ਰੇਟ ਆਓ ਸਾਹਮਣੇ ਫਰਾਦ ਬਾਈ, ਜੋੜਾ ਜਿਹੜਾ ਨੇ ਜੀ, ਕਿਸੇ ਦੋਸਤ ਭਾਈ ਨੂੰ ਪਸੰਦ ਆ ਗਿਆ ਨਾ, ਬੋਲ ਤਾਂ ਕਰੀਏ ਤਾਂ 8.5 ਲੱਖ ਰੁਪਏ ਜੀ ਜੀ। ਤੇ ਕਿਸੇ ਦੋਸਤ ਭਾਈ ਨੂੰ ਪਸੰਦ ਆ ਗਿਆ ਜੀ, 8,15,000 ਰੁਪਏ ਦਾ ਜੋੜਾ ਦੇ ਦਿਸਾਂ। 8,15,000 ਨੰਬਰ 5 ਤੇ 6 ਜੀ। ਠੀਕ ਹੈ। ਅਜ਼ਾਨੋਂ ਲੈਂਦੋ ਅੱਗੋਂ ਲੈ ਕੇ ਆਓ ਭਾਈ ਜਾਨ। ਲੋ ਜੀ ਦੋਸਤੋ, ਚੈੱਕ ਕਰੋ ਮਾਸ਼ਾਅੱਲਾ ਜੀ, ਗਾਂ ਨੰਬਰ 7 ਜੀ ਮਲਕ ਸਾਹਿਬ। ਫਰਾਦ ਭਾਈ ਵੈੜ ਸੂਈ ਹੈ। ਇਹ ਕਿੰਨਵਾ ਸੂਆ ਜੀ? ਦੂਸਰਾ ਸੂਆ ਸੂਈ ਦੂਸਰਾ ਸੂਆ ਸੂਈ ਹੈ। ਮੁਕੰਮਲ ਹਾਈਟ ਦੀ ਵੇਖ ਲੈਣੀ ਹੈ, ਥੱਲੇ ਦੇ ਬੱਚਾ ਹੈ ਜੀ। ਠੀਕ ਹੈ। ਇਹ ਰੈੱਡ ਫ੍ਰੀਜ਼ੀਅਨ ਤੇ ਸਵੀਡਿਸ਼ ਕ੍ਰਾਸ ਹੈ। ਇਹ ਰੈੱਡ ਫ੍ਰੀਜ਼ੀਅਨ ਤੇ ਸਵੀਡਿਸ਼ ਕ੍ਰਾਸ ਦੂਸਰਾ ਸੂਆ ਸੂਈ ਜਿਹੜਾ ਹੈ ਨਾ, ਦੁੱਧ ਆ ਗਈ ਹੈ 20 ਲੀਟਰ ਦੇ ਥੱਲੇ ਜਿਹੜਾ ਨੇ ਜੀ, ਬੱਚੇ ਨੇ ਪਿਆ ਕੇ ਦੁੱਧ ਹੈ। ਇਹ ਕਿਦਾਂ ਦੀ ਸੂਈ ਹੈ? ਤਕਰੀਬਨ ਇਹਨੂੰ 10-1 ਦਿਨ ਹੋ ਗਏ। ਠੀਕ ਹੈ। ਦੂਸਰਾ ਸੂਆ ਰੈੱਡ ਫ੍ਰੀਜ਼ੀਅਨ ਤੇ ਸਵੀਡਿਸ਼ ਕ੍ਰਾਸ 10-1 ਦਿਨ ਹੋ ਗਏ ਨੇ। ਲੋ ਜੀ ਦੋਸਤੋ, ਚਿਹਰਾ ਇੱਕ ਦਫਾ ਚੈੱਕ ਕਰਾ ਦਿੰਦੇ ਆ। ਪਿੱਛੇ ਜਾ ਕੀ ਇਹਦੇ? ਪਿੱਛੇ ਜਾ, ਇਹਦੇ ਬੱਚਾ ਹੈ ਜੀ। ਜਿੱਧਰ ਬੱਚਾ ਭਾਈ ਉਧਰ ਲਾਈਓ, ਬੱਚੇ ਵਾਲੀ ਸਾਈਡ ਲੈ ਜਾਓ। ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਗਾਂ ਨੰਬਰ 7 ਦੂਸਰਾ ਸੂਆ ਸੂਈ ਹੈ ਪਿੱਛੇ ਦੇ ਬੱਚਾ, ਉਹ ਵੀ ਚੈੱਕ ਕਰਾ ਦਿੰਦੇ ਆ। ਆਪਣੀ ਇਹਦੀ ਨਸਲ ਰੈੱਡ ਫ੍ਰੀਜ਼ੀਅਨ ਤੇ ਸਵੀਡਿਸ਼। ਲੋ ਜੀ ਦੋਸਤੋ, ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਗਾਂ ਇੱਥੇ ਪਾਣਾ ਤਾਂ ਬੱਚਾ ਅੱਗੇ ਲਾ ਜੀ। ਚਲੋ ਇੱਥੇ ਦੱਸ ਦਿਓ ₹3,05,000 ਦੂਸਰਾ ਸੂਆ ਮਾਸ਼ਾਅੱਲਾ ਜੀ, ਗੋਲੇ ਇੱਕ ਦਫਾ ਚੈੱਕ ਕਰਾ ਦਿੰਦਾ। ਰੈੱਡ ਫ੍ਰੀਜ਼ੀਅਨ ਤੇ ਸਵੀਡਿਸ਼ ਕ੍ਰਾਸ ਮੈਂ ਚੈੱਕ ਕਰਾ ਦਿੱਤੀਆਂ ਨੇ। ਲਓ ਦੋਸਤੋ, 5+ ਹੈ। ਠੀਕ ਹੈ ਭਾਈ, ਅੱਗੋਂ ਗਾਂ ਨੰਬਰ 8 ਲੈ ਆਓ ਜੀ, 3,05,000 ਗਾਂ ਨੰਬਰ 7 ਸੀ। ਅੱਗੋਂ ਮਲਕ ਸਾਹਿਬ ਲੈ ਕੇ ਆਓ ਜੀ ਗਾਂ ਨੰਬਰ 8। ਰੈੱਡ ਫ੍ਰੀਜ਼ੀਅਨ ਲੈ ਵੈੜ ਪਹਿਲਾਂ। ਅੱਗੇ ਕਿਹੜੀ ਹੈ ਸਰ? ਰੈੱਡ ਫ੍ਰੀਜ਼ੀਅਨ ਵੈੜ ਹੈ ਜੀ, ਪਿਓਰ। ਇਹ ਗੱਬਣ ਹੈ ਜੀ, ਸੂਈ ਹੈ, ਸੂਈ ਹੈ। ਲਓ ਜੀ ਦੋਸਤੋ, ਇਹ ਚੈੱਕ ਕਰ ਲਓ ਜੀ, ਗਾਂ ਨੰਬਰ ਲਾਈਵ ਚੁਆਈ ਵੀ ਕਰਾਣੀ ਲਾਈਵ ਵਧੀ ਕਰਾਣੀ ਹੈ, ਇਸ ਦੀ ਵੀ ਲਾਈਵ ਚੁਆਈ ਕਰਾਣੀ ਹੈ ਤੇ
ਜਿਹੜੀ ਆ ਹੁਣ ਵੀਡੀਓ ਬਣੀ ਹੈ ਨਾ ਜੀ ਉਸ ਦੀ ਵੀ ਲਾਈਵ ਜੁਆਇਨ ਕਰਾ। ਚਲੋ ਇਨਸ਼ਾਅੱਲਾ ਵੀ ਦੋਸਤਾਂ ਨੂੰ ਸ਼ੋਕ ਕਰਾ ਦਿੰਦੇ ਆ। ਅੱਗੋਂ ਆ ਗਈ ਜੀ ਗਾਂ ਨੰਬਰ ਖੜਾ ਥੋੜਾ ਜਿਹਾ ਜਿਹੜਾ ਜੀ ਗਾਂ ਨੰਬਰ 8 ਪਹਿਲਾ ਸੂਆ ਸੂਈ ਹੈ ਕਿੰਨੇ ਦੰਦ ਜੀ? ਛੇ ਦੰਦ ਬਾਈ ਜਨ ਜਿੱਧਰ ਜਾ ਉਧਰ ਲਾਇਓ ਛੇ ਦੰਦ ਪੁੱਠਾ ਦਾ ਮੈਂ ਚੈੱਕ ਕਰਾ ਦਿੰਦਾ। ਲਾਮ ਚੰਗੀ ਮਾਸ਼ਾਅੱਲਾ ਪਿੱਛੇ ਦੇ ਵੀ ਬੱਚਾ ਹੈ ਜੀ, ਇਸ ਦੇ ਪਿੱਛੇ ਵੀ ਬੱਚਾ ਹੈ। ਠੀਕ ਹੈ, ਬੱਚਾ ਕਿਹੜਾ ਹੈ? ਇਸ ਦੇ ਪਿੱਛੇ ਉਹ ਰੈਡ ਬੱਚਾ ਹੈ। ਜਿਤਨਾ ਮੁੱਲ ਘੜੀਏ ਮਾਸ਼ਾਅੱਲਾ ਜਿਹੜੀ ਉਹਦੀ ਨਸਲ ਹੈ ਨਾ ਜੀ, ਜੀ ਰੇਟ ਆਉਂਦੇ ਨਸਲਾਂ ਦੇ, ਤੇ ਜਿਸ ਕਿਸੇ ਦੋਸਤ ਭਾਈ ਨੂੰ ਪਸੰਦ ਆਈ 360,000 ਰੁਪਏ ਦੀ ਦੇ ਦੇ। 360,000? ਠੀਕ ਹੈ ਜੀ। ਅੱਗੋਂ ਆ ਗਈ ਜੀ ਗਾਂ ਨੰਬਰ 9। ਓਏ ਦੋਸਤੋ ਚੈੱਕ ਕਰ ਲਓ ਜੀ, ਅਭੀ ਸੂਈ ਹੈ ਜੀ, ਇਹ ਗੱਬਨ ਹੈ, ਹਾਲਸਟੀਨ ਫ੍ਰੀਜ਼ਨ ਨੇ, ਹਾਲਸਟੀਨ ਫ੍ਰੀਜ਼ਨ ਜੀ। ਇਹ ਗੱਬਨ ਕਿੰਨਵਾਂ ਸੂਆ ਨੇ ਸੁਣਿਆ ਜੀ? ਇਹ ਦੂਸਰਾ ਸੂਆ ਸੁਣਿਆ ਜੀ, ਹਲੇ 10 ਦਿਨ ਵੈੜ ਕੱਚੀ ਗਏ। ਲਓ ਜੀ ਦੋਸਤੋ ਚੈੱਕ ਕਰ ਲਓ ਜੀ, 10 ਕਿ ਦਿਨ ਲਿੰਦੀ ਹੈ, ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ। ਹਾਲਸਟੀਨ ਫ੍ਰੀਜ਼ਨ ਬਿਲਕੁਲ ਕੱਚੀ ਪਈ ਹੈ ਮਾਸ਼ਾਅੱਲਾ। ਇਹ ਸਡਰ ਬਣਾਉਣਾ ਜਿਹੜੀਆਂ ਜੋੜਾ ਨੇ ਵੀ ਖਾਇਆ ਜੀ, ਵੱਡੀ ਗਾਂ ਜਿਹੜੀ ਜੀ ਜੀ ਸਾਰੇ ਸਡਰ ਮਾਸ਼ਾਅੱਲਾ। ਇਹ ਚੈੱਕ ਕਰ ਲਓ ਜੀ, ਕਦ ਬਹੁਤ ਸੋਹਣਾ ਲੱਗਿਆ, ਸੇ ਚੰਗੀ ਹੈ। ਇਹ ਚੈੱਕ ਕਰੋ ਜੀ, ਕਦਾਵਰ ਚੀਜ਼ ਹੈ, ਦੂਸਰਾ ਸੂਆ ਨੇ ਸੁਣਾ ਮਾਸ਼ਾਅੱਲਾ। ਇਹ ਚੈੱਕ ਕਰ ਲਓ ਜੀ, 10 ਕਿ ਦਿਨ ਲੈਂਦੀ ਹੈ ਵੀ ਹਾਲਸਟੀਨ ਫ੍ਰੀਜ਼ਨ ਜੀ ਜੀ ਸੋਹਣਾ ਮੋਟ ਬਰ ਥਾਣ ਲੱਗੋ ਫਸਟ ਟਾਈਮ ਬਰ 35 ਪਲੱਸ ਰਿਕਾਰਡ ਮਾਸ਼ਾਅੱਲਾ। ਲੋ ਜੀ ਦੋਸਤੋ, ਥਾਣ ਇੱਕ ਦਫਾ ਚੈੱਕ ਕਰ ਲੈਣੇ ਨੇ ਹਾਲਸਟੀਨ ਫ੍ਰੀਜ਼ਨ। ਲਾਰ ਬਾਈ ਜਨ ਚਿਹਰਾ ਸਾਹਮਣੇ ਕਰਿਓ ਜੀ, ਦੋ ਅੱਲਾ ਦੇ ਹੁਕਮ ਨਾਲ ਜਿਹੜਾ ਨਾ 35 ਤੋਂ ਵਾਧੇ ਦੇ ਸੀਗਾ ਦੂਸਰਾ ਸੂਗਾ ਹੁਣ ਸੁਣਾ ਇਨਸ਼ਾਅੱਲਾ ਜੀ। ਮਲਕ ਸਾਹਿਬ ਲਾਓ ਜੀ ਰੇਟ ਹੈ ਗਾਂ ਨੰਬਰ 9 ਦਾ। ਫਰਾਜ਼ ਬਾਈ ਰੇਟ ਦਾ ਜਿਹੜਾ ਨਾ ਮੁੱਲ ਕਰੀਏ 5,00,000, ਲੇਕਿਨ ਮਾਸ਼ਾਅੱਲਾ ਪੂਰਾ ਕਮਾਲ ਕਰਦੇ ਹੋ। ਲਓ ਜੀ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਜੀ, ਇੱਕ ਹੀ ਮੈਂ ਇਸ ਤੋਂ ਪਹਿਲੇ ਵੀ 1-2 ਦਫਾ ਦੋਸਤਾਂ ਨੂੰ ਸ਼ੋਅ ਕਰਾਇਆ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਸਿਹਤ ਦੀ ਵੇਖਣੀ ਹੈ, ਲਿਬਾਸ ਚੰਗਾ ਮਾਸ਼ਾਅੱਲਾ। ਇਹ ਗੱਬਣ ਹੈ ਜੀ ਫਰਾਜ਼ ਬਾਈ, ਗੱਬਣ ਹੈ। ਠੀਕ ਹੈ, ਇਹ ਚੈੱਕ ਕਰੋ, 8 ਇੱਕ ਦਿਨ ਜਿਹੜਾ ਨੇ ਜੀ ਦੇ ਡੇਟ ਚੁਰਾਉਂਦੇ। 8 ਕਿ ਦਿਨ ਲਿੰਦੀ ਹੈ ਵੀ ਕਿੰਨਵਾਂ ਸੂਆ ਨੇ ਸੁਣਾ? ਤੇ ਥੱਲੇ ਦੂਜਾ ਸੂਆ ਸੁਣਾ ਜੁੱਟ ਨੇ। ਠੀਕ ਹੈ, ਦੂਸਰਾ ਸੂਆ ਸੁਣਾ, 8 ਕਿ ਦਿਨ ਰਹਿੰਦੇ ਨੇ ਪੂਰਾ ਦੂਸਰਾ ਦੋਨੋਂ ਸਾਈਡਾਂ ਤੋਂ ਇੱਕ ਵਾਰੀ ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਲਿਬਾਸ ਚੰਗਾ, ਸੋਹਣੇ ਗੁੱਲ ਲੱਗੇ ਨੇ। ਇਹ ਦੋਸਤ ਸਮਝਣ ਵਾਲੇ ਨੇ ਜੀ, ਇਹ ਮਾਸ਼ਾਅੱਲਾ ਜਿਹੜਾ ਸ਼ੌਕ ਕਰਦੇ ਨੇ ਸਾਡੇ ਦੋਸਤ ਫੈਸਲਾਬਾਦ ਦੇ ਹੋ ਗਏ, ਕੋਈ ਵਾਲਾ ਦੇ ਚਾਲ ਕੋ ਤੇ ਖਾਸ ਕਰ ਜਿਹੜਾ ਗੁਜਰ ਬਰਾਦਰੀ ਦੇ ਨੇ ਜੀ ਜੀ, ਇਹ ਉਹਨਾਂ ਬਗੈਰ ਪਤਾ ਹੈ ਕੀ ਚੀਜ਼, ਇਹ ਨਸਲ ਕੀ ਹੈ? ਇਹ ਪਿਓਰ ਨੀਲੀ ਹੈ। ਨੀਲੀ ਦੀ ਹੈ? ਹਾਂ ਜੀ, ਪਿਓਰ ਨੀਲੀ ਦੀ ਹੈ। ਖਿਲਾਰੀ ਮਲਕ ਸਾਹਿਬ ਚਿਹਰਾ ਚੈੱਕ ਕਰਾ ਦਿਓ, ਇਹ ਚੈੱਕ ਕਰੋ ਜੀ। ਜੀ ਮਲਕ ਸਾਹਿਬ ਕੀ ਰੇਟ ਹੈ ਜੀ ਇਹਦਾ? ਮੁਕੰਮਲ ਨਜ਼ਾਰਾ ਕਰ ਲਓ ਜੀ, ਦੂਸਰਾ ਸੂਆ 8 ਕੁ ਦਿਨ ਲੈਂਦੀ ਹੈ ਵੀ ਮਾਸ਼ਾਅੱਲਾ ਜੀ, ਲਿਬਾਸ ਚੰਗਾ। ਇਹ ਚੈੱਕ ਕਰ ਲਓ ਜੀ, ਥਾਣੇ ਇੱਕ ਦਫਾ ਫਿਰ ਵੇਖ ਲੈਣੇ ਨੇ ਜੀ ਮਲਕ ਸਾਹਿਬ। ਸ਼ੌਕ ਵਾਲੀਆਂ ਚੀਜ਼ਾਂ ਨਾ ਜੀ, ਇਹ ਜਿਸ ਦੋਸਤ ਵੀ ਲੈਣੀ ਨਾ, ਅਸੀਂ ਵੀ ਸ਼ੌਕ ਦੇ ਇਸ ਤੇ ਪੈਸੇ ਭਰਨ, ਤੇ ਇਨਸ਼ਾਅੱਲਾ ਇਹ ਡੇਰੇ ਤੇ 2-4 ਖੜੇ ਵੀ ਹੋਣੇ ਵਜੀਆਂ ਚੀਜ਼ਾਂ ਤੇ ਲੋਕ ਆ ਕੇ ਵੇਖਦੇ ਦੂਰੋਂ ਆ ਕੇ ਨਾ ਜੀ ਜੀ ਜੀ, ਤੇ
ਕਿਸੇ ਦੋਸਤ ਭਾਈ ਫੋਨ ਕੀਤਾ ਨਾ ਮੇਰਾ ਤਾਂ ਦਿਲੇ ਤਾਂ ਰੇਟ ਨਾ ਲੈਂਦੇ ਤਾਂ ਫੋਨ ਤਾਂ ਇਹਦਾ ਕਰ ਲਈਏ ਪਿਆਰ ਮੁਹੱਬਤ ਹੀ ਹਾਂ ਜੀ ਪਿਆਰ ਮੁਹੱਬਤ ਜਿਹੜਾ ਨੇ ਕਿਸੇ ਦੋਸਤ ਸ਼ੌਕ ਨਾਲ ਦਿਲੇ ਨਾਲ ਮੰਗੀ ਨਾ ਇਨਸ਼ਾਅੱਲਾ ਸ਼ੌਕ ਵਾਲੇ ਚੀਜ਼ ਸ਼ੌਕ ਵਾਲੀ ਹੈ ਚਲੋ ਅਗਰ ਕਿਸੇ ਦੋਸਤ ਦੀ ਸਮਝ 'ਚ ਆਉਂਦੀ ਹੈ ਸਕਰੀਨ 'ਤੇ ਨੰਬਰ ਆ ਰਿਹਾ ਮਲਕ ਸਾਹਿਬ ਨਾਲ ਰਾਬਤਾ ਕਰ ਸਕਦੇ ਨੇ ਹੋਰ ਵੇਖਣ ਵਾਲੇ ਵਾਸਤੇ ਕੋਈ ਪੈਗਾਮ ਬਸ ਸਭ ਦੋਸਤਾਂ ਨੂੰ ਸਾਡਾ ਸਲਾਮ ਹੋਵੇ ਜੀ ਅਤੇ ਲੋਕੇਸ਼ਨ ਸਾਡੀ ਫਿਰ ਦੱਸ ਦਿੰਦੇ ਹਾਂ ਤਹਿਸੀਲ ਬਲਵਾਲ ਜ਼ਿਲ੍ਹਾ ਸਰਗੋਧਾ ਬਲਵਾਲ ਸ਼ਹਿਰ ਤੋਂ ਨਾ ਜੀ ਲਖਮੋ ਰੋਡ 'ਤੇ 4 ਕਿਲੋਮੀਟਰ 'ਤੇ ਅੱਗੇ ਜਿਹੜਾ 18 ਨਹਿਰ ਪੁੱਲ ਉਸ ਤੋਂ 1/2 ਕਿਲੋਮੀਟਰ ਅੱਗੇ ਸਟਾਪ ਤਸਵਰਾਬਾਦ ਅੱਡਾ ਅੱਡੇ ਦੇ ਉੱਤੇ ਹੀ ਸਾਡਾ ਫਾਰਮ ਹੈ ਅਤੇ ਮਜ਼ੀਦ ਨੰਬਰ ਸਾਡਾ ਚੱਲ ਰਿਹਾ ਜਿਸ ਦੋਸਤ ਨੂੰ ਜ਼ਰੂਰਤ ਹੋਵੇ ਰਾਬਤਾ ਕਰ ਲਵੇ ਜੀ ਮਲਕ ਸਾਹਿਬ ਬਹੁਤ ਸ਼ੁਕਰੀਆ ਜੀ ਅੱਲਾ ਹਾਫਿਜ਼